ਅੱਜ ਬਹੁਤ ਹੀ ਮਹੱਤਵਪੂਰਨ ਦਿਨ ਸਾਡੇ ਲਈ ਹੈ ਕਿ ਵਰਲਡ ਕੈਂਸਰ ਕੇਅਰ ਦੇ ਕੈਂਪ ਅਸੀਂ ਅਰੇਂਜ ਕੀਤਾ ਹੈ ਗੁਰੂ ਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਅਤੇ ਯੂਕੇ ਦੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਜਦੋਂ ਮੈਨੂੰ ਦੇਖ ਕੇ ਇਸ ਕੈਂਪ ਨੂੰ ਗਦਗਦ ਮਨ ਹੋ ਗਿਆ ਕਿ ਬਹੁਤ ਅੱਛੀ ਤਰ੍ਹਾਂ ਇਹਨਾਂ ਬੱਚਿਆਂ ਨੇ ਟ੍ਰੀਟ ਕੀਤਾ ਡਾਕਟਰ ਸਾਹਿਬਾਨ ਤੇ ਉਹਨਾਂ ਦੇ ਸਾਰੇ ਸਟਾਫ ਦਾ ਵੀ ਅਸੀਂ ਬਹੁਤ ਰਿਣੀ ਹੈ ਤੇ ਅਸੀਂ ਹਰ ਬੰਦੇ ਨੂੰ ਇਹ ਪ੍ਰੇਰਣਾ ਕਰਦੇ ਹਾਂ ਕਿ ਆਪਣੇ ਆਪ ਨੂੰ ਇਸ ਸੰਸਥਾ ਨਾਲ ਜੋੜ ਕੇ ਉੱਥੋਂ ਇਹ ਚੈੱਕਅਪ ਕਰਾਉਣ ਤਾਂ ਕਿ ਮੌਕੇ ਤੇ ਸਾਨੂੰ ਪਤਾ ਲੱਗ ਸਕੇ ਸਾਡੀ ਪੋਜੀਸ਼ਨ ਕੀ ਹੈ ਮੈਂ ਮਾਈਸੈਲਫ ਇਕਬਾਲ ਸਿੰਘ ਕੁੰਦੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਤੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਸਾਡਾ ਸਾਰਿਆਂ ਦਾ ਮਨ ਨੀਵਾ ਤੇ ਮੱਤ ਉੱਚੀ ਕਰ ਦਿਓ ਤੇ ਮੱਤ ਦੀ ਰਾਖੀ ਵੀ ਆਪ ਕਰੋ ਤੇ ਕੁਲਵੰਤ ਸਿੰਘ ਧਾਰੀਵਾਲ ਵਰਗੇ ਸੱਜਣਾਂ ਨੂੰ ਹੋਰ ਉਪਲਾਰਾ ਉਹਨਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੇ ਹਨ ਤਾਂ ਕਿ ਉਹ ਗਰੀਬਾਂ ਦਾ ਐਡਾ ਪੁੰਨ ਦਾ ਕੰਮ ਹੋ ਰਿਹਾ ਤੇ ਮੈਂ ਉਹਨਾਂ ਵੀਰਾਂ ਨਾਲ ਐਨਆਰਆਈ ਜਿਹੜੇ ਮੇਰੇ ਸੰਪਰਕ ਚ ਹੈ ਤੇ ਜਾਂ ਜਿਹੜੇ ਅਫੋਰਡ ਕਰ ਸਕਦੇ ਆ ਤੇ ਮੈਂ ਉਹਨਾਂ ਨੂੰ ਕਵਾਂ ਕਿ ਪਿੰਡ ਪਿੰਡ ਇਹ ਕੈਂਪ ਇਹਨਾਂ ਤੋਂ ਲਵਾਏ ਜਾਣ ਤਾਂ ਕਿ ਖਲਕ ਦੀ ਸੇਵਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।